ਬਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੁਹਾਡਾ ਸਭਨਾਂ ਦਾ ਸਵਾਗਤ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਵੱਡੀਆਂ ਘਟਨਾਵਾਂ ਜਿਹੜੀਆਂ ਬੀਤੇ ਕੁਝ ਘੰਟਿਆਂ ਦੌਰਾਨ ਵਾਪਰੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲੀ ਤੇ ਵੱਡੀ ਖਬਰ ਜਿਸ ਉੱਤੇ ਲਗਭਗ ਹਰ ਇੱਕ ਵਿਅਕਤੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੀ ਦੂਸਰੇ ਦਿਨ ਕਿਸਾਨੀ ਨੂੰ ਬਚਾਉਣ ਵਾਸਤੇ ਬਿੱਲ ਪੇਸ ਅਤੇ ਪਾਸ ਕੀਤਾ ਜਾਏਗਾ ਜਾਂ ਨਹੀਂ ਉਹਦੀ ਤੁਹਾਨੂੰ ਅਪਡੇਟ ਦਿਆਂਗੇ ਤੇ ਇਧਰ ਅਮਰੀਕਾ ਵਿੱਚੋਂ ਖਬਰ ਮਿਲ ਰਹੀ ਹੈ ਕਿ ਕਿਸੇ ਔਰਤ ਨੂੰ 6 ਦਹਾਕੀਆਂ ਤੋਂ ਬਾਅਦ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਤੇ ਉਹਨੇ ਕੀਤਾ ਕੀ ਸੀ ਖਬਰ ਦੇਵਾਂਗਾ ਤੇ ਕਾਂਗੋ ਦੀ ਜੇਲ੍ਹ ਦੇ ਵਿੱਚੋਂ ਲਗਭਗ 1300 ਕੈਦੀ ਫਰਾਰ ਹੋ ਗਏ ਨੇ ਤੇ ਇਧਰ ਕੈਨੇਡਾ ਦੇ ਵਿੱਚੋਂ ਕੁਝ ਕੱਚੇ ਬੰਦੇ ਨੇ ਜਿਨ੍ਹਾਂ ਨੂੰ ਪੱਕੇ ਕਰਨ ਦੀ ਮੁਹਿੰਮ ਲਗਾਤਾਰ ਭੱਗਦੀ ਜਾ ਰਹੀ ਹੈ ਤੇ ਸਾਧੂ ਸਿੰਘ ਧਰਮਸੋਤ ਜੇ ਮੈਂ ਇਹ ਕਹਿ ਦਿਆਂ ਤਾਂ ਸ਼ਾਇਦ ਅਤ ਕਥਨੀ ਨਹੀਂ ਕਿ ਸਾਧੂ ਸਿੰਘ ਦੇ ਨਾਲ ਇੱਕ ਅੱਦਾ ਵਿਵਾਦ ਅੱਜ ਕੱਲ ਜੁੜਿਆ ਹੀ ਰਹਿੰਦਾ ਹੈ ਵਿਵਾਦੀ ਇਹ ਕੈਬਨਿਟ ਮਨਿਸਟਰ ਆਖੇ ਜਾ ਸਕਦੇ ਨੇ ਤੇ ਹੁਣ ਵਿਵਾਦ ਕਿਹੜਾ ਜੁੜਿਆ ਖਬਰ ਸਾਂਝੀ ਕਰਾਂਗੇ ਤੇ ਭਾਜਪਾ ਦੇ ਲੀਡਰਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ ਸਭ ਤੋਂ ਪਹਿਲੀ ਤੇ ਅਹਿਮ ਖਬਰ ਵੱਲ ਤੁਹਾਡਾ ਧਿਆਨ ਦਿਵਾਵਾਂ ਉਹਦੇ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਤਾਂ ਕਿ ਰੋਜ਼ਾਨਾ ਦੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਤੇ ਇੱਕ ਗੱਲ ਹੋਰ ਅੱਜ ਕੁਝ ਸਮਾਂ ਪਹਿਲਾਂ ਇੱਕ ਕਹਾਣੀ ਇਨਸਾਨੀਅਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਲੱਗੂ ਕਿ ਜਿਵੇਂ ਕਹਾਣੀ ਤੁਹਾਡੀ ਹੈ ਇੱਕ ਵਾਰੀ ਵੇਖਿਓ ਜ਼ਰੂਰ ਜੇਕਰ ਲੱਗੀ ਕਿ ਸਾਡੇ ਪਿੰਡ ਦੀ ਸਾਡੇ ਸਮਾਜ ਦੀ ਕਿਸੇ ਉਹ ਬਹੁਤ ਵੱਡੀ ਬੁਰਾਈ ਦੇ ਉੱਤੇ ਸੱਟ ਮਾਰਦੀ ਹੈ ਤਾਂ ਫਿਰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਧੰਨਵਾਦੀ ਹੋਵਾਂਗੇ ਔ ਹੁਣ ਅੱਜ ਦੀਆਂ ਖਬਰਾਂ ਦੇ ਉੱਤੇ ਗੱਲਬਾਤ ਕਰੀਏ ਪੰਜਾਬ ਸਰਕਾਰ ਨੇ ਕਿਸਾਨੀ ਨੂੰ ਬਚਾਉਣ ਵਾਸਤੇ ਇੱਕ ਡਟ ਕੇ ਸਟੈਂਡ ਲਿਆ ਇਹਦੀ ਸ਼ਲਾਘਾ ਕਰਨੀ ਬਣਦੀ ਹੈ ਭਾਵੇਂ ਲੰਬੇ ਇੰਤਜ਼ਾਰ ਤੋਂ ਬਾਅਦ ਲਿਆ ਪਰ ਕਮ ਚੰਗਾ ਕੀਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹਨਾਂ ਨੇ ਵੱਖੋ-ਵੱਖ ਮਾਹਿਰਾਂ ਦੇ ਨਾਲ ਪਹਿਲਾਂ ਡੂੰਗੀ ਵਿਚਾਰ ਚਰਚਾ ਕੀਤੀ ਹੈ ਸਲਾਹ-ਮਸ਼ਵਰੇ ਕੀਤੇ ਨੇ ਤੇ ਉਹਦੇ ਤੋਂ ਬਾਅਦ ਅਸੀਂ ਇਹ ਬਿੱਲ ਆਂਦਾ ਬੀਤੀ ਰਾਤ ਲਗਭਗ 1.9 ਵਜੇ ਇਹਨਾਂ ਬਿਲਾਂ ਤੇ ਉਹਨਾਂ ਦਸਤਖਤ ਕਰ ਦਿੱਤੇ। ਉਹਨਾਂ ਇਹ ਵੀ ਕਿਹਾ ਤੁਹਾਨੂੰ ਯਾਦ ਹੋਣਾ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕਿ ਉਹਨਾਂ ਨੂੰ ਖਰੜਾ ਨਹੀਂ ਮਿਲਿਆ ਇਸ ਕਰਕੇ ਧਰਨਾ ਵੀ ਦਿੱਤਾ ਸੀ ਅਤੇ ਸਾਰੀ ਰਾਤ ਵਿਧਾਨ ਸਭਾ ਦੇ ਵਿੱਚ ਪੈ ਕੇ guzari ਸੀ। ਉਹ ਕਹਿੰਦੇ ਜਦੋਂ ਇਸ ਤਰ੍ਹਾਂ ਦਾ ਕੋਈ ਖਾਸ ਇਜਲਾਸ ਸੱਦਿਆ ਜਾਂਦਾ ਹੈ ਨਾ ਉਸ ਵਾਰੀ ਕਈ ਵਾਰੀ ਬਿਲਾਂ ਦੀਆਂ ਕਾਪੀਆਂ ਵੰਡਣ ਦੇ ਵਿੱਚ ਦੇਰੀ ਹੁੰਦੀ ਹੈ। ਉਹ ਕਹਿੰਦੇ ਇਸ ਵਾਰ ਵੀ ਲਗਭਗ ਇਸੇ ਕਰਕੇ ਇਹ ਵਾਪਰ ਗਿਆ ਤੇ ਉਹ ਉਹ ਯਾਦ ਦਿਵਾਉਣਾ ਵੀ ਨਹੀਂ ਭੁੱਲੇ ਕਿ ਪੰਜਾਬ ਦੇ ਹੱਕ ਵਿੱਚ ਮਹੀਂ ਖੜਨਾ ਤਰੀਕੇ ਨਾਲ ਗੱਲ ਕਰ ਗਿਆ ਉਹ ਕਹਿੰਦੇ ਤੁਹਾਨੂੰ ਯਾਦ ਹੋਣਾ ਜਦੋਂ ਪਿਛਲੇ ਕਾਰਜਕਾਲ ਦੇ ਵਿੱਚ ਸਾਲ 2004 ਵਿੱਚ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਦਾ ਐਕਟ ਸਦਨ ਦੇ ਵਿੱਚ ਲਿਆਂਦਾ ਗਿਆ ਸੀ ਉਸ ਵਕਤ ਵੀ ਕਹਿੰਦੇ ਐਂਝੀ ਵਾਪਰ ਗਿਆ ਸੀ ਕਪਟਨ ਅਮਰਿੰਦਰ ਸਿੰਘ ਵੱਲੋਂ ਖੁਦ ਇਹ ਬਿੱਲ ਪੇਸ਼ ਕੀਤਾ ਗਿਆ ਤੇ ਪੰਜਾਬ ਵੱਲੋਂ ਅੱਗੇ ਕਾਨੂੰਨੀ ਲੜਾਈ ਲੜਨ ਦਾ ਕਹਿੰਦੇ ਇਹਨੂੰ ਹੁਣ ਆਧਾਰ ਬਣਾਵਾਂਗੇ ਜਿਸ ਕਰਕੇ ਇਹਨਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਲਾਹ ਮਸ਼ਵਰੇ ਅਤੇ ਚੰਗੀ ਕਾਨੂੰਨੀ رائے ਲੈਣ ਦੀ ਬੜੀ ਜ਼ਰੂਰਤ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਖੇਤੀ ਕਾਨੂੰਨਾ ਕਾਰਨ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਭੰਗ ਹੋਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਚੇਤਾਵਨੀ ਵੀ ਦਿੱਤੀ ਕਿਉਂਕਿ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਚੇਤਾਵਨੀਆਂ ਸੈਂਟਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਦਾ ਫੌਰੀ ਹਾਲ ਨਾ ਕੀਤਾ ਗਿਆ ਤੇ ਅਮਨ ਸ਼ਾਂਤੀ ਭੰਗ ਹੋ ਸਕਦੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਉਹ ਕਹਿੰਦੇ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀ ਬੇਇਨਸਾਫੀ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਜੇਕਰ ਮੈਨੂੰ ਅਸਤੀਫਾ ਵੀ ਦੇਣਾ ਪਿਆ ਕਿਉਂਕਿ ਗੱਲਾਂ ਬਾਤਾਂ ਉੱਠ ਰਹੀਆਂ ਸਨ ਕਿ ਪੰਜਾਬ ਦੇ ਗਵਰਨਰ ਕਾਫੀ ਐਕਟਿਵ ਹੋਏ ਹੋਏ ਨੇ ਕਿ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਭੰਗ ਨਾ ਕੀਤਾ ਜਾ ਸਕੇ ਉਹ ਕਹਿੰਦੇ ਉਹ ਕੀ ਮੰਗਣਗੇ ਅਸਤੀਫਾ ਅਸਤੀਫਾ ਮੈਂ ਜੇਬ ਚ ਪਾਈ ਫੜਦਾ ਜੇਕਰ ਜ਼ਰੂਰਤ ਪਈ ਤੇ ਅਸਤੀਫਾ ਮੈਂ ਖੁਦ ਦੇ ਦਿਆਂਗਾ ਪਰ ਕਿਸਾਨਾਂ ਦੇ ਉੱਤੇ ਕਿਸੇ ਵੀ ਵਿਅਕਤੀ ਦੇ ਢਿੱਡ ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਅਸਤੀਫਾ ਦੇਣ ਤੋਂ ਨਹੀਂ ਮੈਂ ਡਰਦਾ ਮੈਂ ਆਪਣੀ ਸਰਕਾਰ ਨੂੰ ਬਰਖਾਸਤ ਕੀਤੇ ਜਾਣ ਤੋਂ ਨਹੀਂ ਡਰਦਾ ਪਰ ਕਿਸਾਨਾਂ ਨੂੰ ਬਰਬਾਦ ਨਹੀਂ ਮੈਂ ਹੁਣ ਦੇਣਾ ਚਾਹੁੰਦਾ ਕਪੜਾ ਇੱਥੋਂ ਤੱਕ ਆ ਗਏ ਉਹ ਕਹਿੰਦੇ ਜੇ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਨਾਰਾਜ਼ ਹੋ ਜਾਣਗੇ ਆ ਇੱਕ ਉਹਨਾਂ ਨੇ ਇੱਕ ਧਮਕੀ ਭਰੇ ਲਹਿਜੇ ਵਿੱਚ ਆਖਿਆ ਉਹ ਕਹਿੰਦੇ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ ਜੇ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਨਾਰਾਜ਼ ਹੋਇਆ ਨੌਜਵਾਨ ਸੜਕਾਂ ਤੇ ਆ ਕੇ ਕਿਸਾਨਾਂ ਨਾਲ ਜੁੜ ਸਕਦਾ ਉਹ ਕਹਿੰਦੇ ਜਿਸ ਨਾਲ ਹਰਾਤ ਖਰਾਬ ਹੋ ਸਕਦੀ ਹੈ ਇਹ ਲਗਭਗ 80 ਅਤੇ 90 ਦੇ ਦਹਾਕਿਆਂ ਦੇ ਵਿੱਚ ਪੰਜਾਬ ਦੁਬਾਰਾ ਜਾ ਸਕਦਾ ਪਰ ਇੱਕ ਗੱਲ ਸਮਝਣ ਦੀ ਹੈ ਕਿ ਕੀ ਨੌਜਵਾਨ ਨੂੰ ਤੁਸੀਂ ਕਿਸਾਨ ਨਹੀਂ ਸਮਝਦੇ ਕੀ ਕਿਸਾਨ ਹੋਰ ਹੈ ਤੇ ਨੌਜਵਾਨ ਹੋਰ ਹੈ ਨੌਜਵਾਨ ਵੀ ਇਸ ਵਕਤ ਸੜਕਾਂ ਤੇ ਹੈ ਨੌਜਵਾਨ ਵੀ ਇਸ ਵਕਤ ਧਰਨਿਆ ਰੋਸ ਮੁਜ਼ਾਹਰਿਆਂ ਦੇ ਵਿੱਚ ਹੈ ਉਹ ਕਹਿੰਦੇ ਇਸ ਵਕਤ 80 ਤੇ 90 ਦੇ ਦਹਾਕੇ ਵਾਲਾ ਫੇਰ ਹਾਲਾਤ ਉਸੇ ਤਰ੍ਹਾਂ ਦੇ ਪੈਦਾ ਹੋ ਸਕਦੇ ਆ ਤੇ ਨਾਲ ਉਹ ਇਹ ਵੀ ਕਹਿਗੇ ਉਹ ਕਹਿੰਦੇ ਚੀਨ ਅਤੇ ਪਾਕਿਸਤਾਨ ਦੋਵੇਂ ਇਸ ਸ਼ਾਂਤੀ ਭੰਗ ਹੋਣ ਦਾ ਨਜ਼ਾਇਜ਼ ਫਾਇਦਾ ਉਠਾ ਸਕਦੇ ਆ ਜਿਸ ਨਾਲ ਭਾਰਤ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਸੂਬੇ ਦੀਆਂ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਪੰਜਾਬ ਦੀ ਰਾਖੀ ਕਰਨ ਦੇ ਵਾਸਤੇ ਸਦਭਾਵਨਾ ਬਣਾਈ ਰੱਖਣ ਦੇ ਵਾਸਤੇ ਸਿਆਸਤ ਤੋਂ ਉੱਪਰ ਉੱਠਣਾ ਅਤੇ ਉਹਨਾਂ ਨੇ ਅਪੀਲ ਕੀਤੀ ਕਿ ਇਹ ਲਾਜ਼ਮੀ ਹੈ ਤੇ ਕਿ ਇਸ ਵਕਤ ਪੰਜਾਬ ਦੀ ਅਮਨ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕਪਨ ਅਮਰਿੰਦਰ ਸਿੰਘ ਨੇ ਜਿਹੜਾ ਬਿੱਲ ਪੇਸ਼ ਕੀਤਾ ਅਸਲ ਤੇ ਵਿੱਚ ਇਹ ਜਾਣਨਾ ਬੜਾ ਲਾਜ਼ਮੀ ਹੈ ਕਿ ਇਹਨਾਂ ਬਿਲਾ ਦੇ ਵਿੱਚ ਹੈ ਕਿ ਕਿਉਂਕਿ ਸਾਰੀਆਂ ਸਿਆਸੀ ਤਰ੍ਹਾਂ ਇਸ ਵਾਸਤੇ ਇੱਕਮਤ ਸੀ ਕਿ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਚੁਣੌਤੀ ਦਿੱਤੀ ਜਾਵੇ ਤੇ ਸਰਬਸੰਮਤੀ ਨਾਲ ਇਹਨਾਂ ਬਿਲਾ ਨੂੰ ਪਾਸ ਕੀਤਾ ਜਾਵੇ ਇਹਨਾਂ ਇਤਿਹਾਸਕ ਬਿਲਾ ਵਿੱਚ ਹੋਰ ਉਪਬੰਧਾਂ ਤੋਂ ਇਲਾਵਾ ਖੇਤੀਬਾੜੀਕਰਾਰ ਤਹਿਤ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਲੀ ਕੀਮਤ ਤੇ ਜਣਸ ਖਰੀਦਣ ਵਾਲੇ ਨੂੰ ਘੱਟ ਤੋਂ ਘੱਟ 3 ਸਾਲ ਦੀ ਸਜ਼ਾ ਜ਼ੁਰਮਾਨਾ ਅਤੇ ਕਿਸਾਨਾਂ ਨੂੰ 2.5 ਏਕੜ ਤੱਕ ਦੀ ਜਿਹੜੇ ਛੋਟੇ ਕਿਸਾਨ ਨੇ ਜ਼ਮੀਨ ਦੀ ਕਰਕੀ ਤੋਂ ਛੋਟ ਖੇਤੀ ਉਤਪਾਦਾਂ ਦੀ ਜਮ੍ਹਾਂ ਖੋਰੀ ਅਤੇ ਕਾਲਾ ਬਜਟ ਤੋਂ ਛੁਟਕਾਰਾ ਪਾਉਣ ਦੀ ਵਿਵਸਥਾ ਵੀ ਸ਼ਾਮਲ ਕੀਤੀ ਗਈ ਹੈ ਹੁਣ ਇਹਨਾਂ ਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸਣਾ ਚਾਹੁੰਦਾ ਤਾਂ ਕਿ ਜੇਕਰ ਕਿਤੇ ਤੁਹਾਨੂੰ ਗੱਲ ਕਰਨੀ ਪਵੇ ਤੁਹਾਨੂੰ ਪਤਾ ਤਾਂ ਲੱਗੇ ਕਿ ਕੇਂਦਰ ਸਰਕਾਰ ਨੇ ਤੁਹਾਡੇ ਨਾਲ ਕੀ ਤੱਕੇ ਕੀਤੀ ਇਸ ਤੇ ਪੰਜਾਬ ਸਰਕਾਰ ਨੇ ਤੁਹਾਡੇ ਹੱਕ ਵਿੱਚ ਸਟੈਂਡ ਕੀ ਲਿਆ ਹੁਣ ਕਿਸਾਨਾਂ ਦੇ ਜਿਹੜੀ ਕੀਮਤ ਦੇ ਭਰੋਸੇ ਬਾਰੇ ਕਰਾਰ ਅਤੇ ਖੇਤੀ ਸੇਵਾਵਾਂ ਬਿਲ 2020 ਦੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਲੀ ਕੀਮਤ ਤੇ ਉਪਜ ਵੇਚਣ ਅਤੇ ਖਰੀਦਣ ਤੇ ਸਜ਼ਾ ਦਾ ਇੱਕ ਉਪਬੰਧ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਗਏ ਚਾਰੇ ਬਿਲਾਾਂ ਦੇ ਵਿੱਚੋਂ ਇੱਕ ਬਿਲ ਦੇ ਤਹਿਤ ਐਮਐਸਪੀ ਤੋਂ ਘੱਟ ਕੀਮਤ ਤੇ ਕੋਈ ਵੀ ਜਨਸ ਦੀ ਵਿਕਰੀ ਕਰੇਗਾ, ਖਰੀਦ ਕਰੇਗਾ ਤਾਂ ਇਸ ਉਲੰਘਣਾ ਤੇ ਉਸ ਨੂੰ ਸਜ਼ਾ ਵੀ ਹੋਏਗੀ, ਉਸ ਨੂੰ ਜੁਰਮਾਨਾ ਵੀ ਪਵੇਗਾ। ਇਹ ਬਿਲ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਜਿਹੜੇ ਸ਼ਸ਼ਕਤੀਕਰਨ ਸੁਰੱਖਿਆ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੀਮਤ ਦੇ ਭਰੋਸੇ ਬਾਰੇ ਕਰਾਰ ਅਤੇ ਖੇਤੀ ਸੇਵਾਵਾਂ ਐਕਟ 2020 ਦੀ ਤਾਰਾ 1 ਦੀ ਉਪ ਤਾਰਾ 2 19 ਅਤੇ 20 ਦੇ ਵਿੱਚ ਸੋਧ ਕਰਨ ਦੀ ਮੰਗ ਕਰਦਾ ਹੈ ਇਸ ਵਿੱਚ ਕੁਝ ਨਵੀਆਂ ਧਰਾਵਾਂ ਸ਼ਾਮਲ ਕੀਤੀਆਂ ਗਈਆਂ ਨੇ ਉਹ ਨੇ 4 6 ਅਤੇ 11 ਜਿਸ ਦੇ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਜਿੰਸ ਨੂੰ ਉਹਦੀ ਐਮਐਸਪੀ ਜਿਹੜੀ ਨਿਰਧਾਰਤ ਕੀਤੀ ਗਈ ਹੈ ਉਹਦੇ ਤੋਂ ਘੱਟ ਖਰੀਦ-ਵੇਚ ਨਹੀਂ ਸਕੇਗਾ। ਇਹਦੇ ਨਾਲ ਹੀ ਇਸੇ ਤਰ੍ਹਾਂ ਕਿਸਾਨ ਜਨਸਵਪਾਰ ਅਤੇ ਵਣਜ ਉਤਸ਼ਾਹਤ ਕਰਨ ਅਤੇ ਸੁਖਾਲਾ ਬਣਾਉਣ ਵਿਸ਼ੇਸ਼ ਵਿਵਸਥਾ ਮਾ ਅਤੇ ਪੰਜਾਬ ਸੋਧ ਬਿੱਲ 2020 ਤਹਿਤ ਕਿਸਾਨ ਜਨਸਵਪਾਰ ਤੇ ਵਣਜ ਤੇ ਐਕਟ 2020 ਦੀ ਤਾਰਾ 1 ਉਪ ਤਾਰਾ 2 14 ਅਤੇ 15 ਦੇ ਵਿੱਚ ਵੀ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਤਾਜੋ ਸੂਬੇ ਵਿੱਚ ਕਣਕ ਦਾ ਝੋਨੇ ਦੀ ਵਿਕਰੀ ਜਾਂ ਖਰੀਦ ਜਿਹੜੀ ਘੱਟੋ-ਘੱਟ ਸਮਰਥਨ ਮੁੱਲ ਜਿਸ ਨੂੰ ਐਮਐਸਪੀ ਕਹਿੰਦੇ ਆ ਉਹਦੇ ਤੋਂ ਘੱਟ ਕੀਮਤ ਨਾ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ ਸੋਧੇ ਹੋਏ ਬਿੱਲ ਦੇ ਵਿੱਚ ਨਵੀਂ ਧਾਰਾ 6 ਤੋਂ 11 ਸ਼ਾਮਲ ਕਰਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਜਾਂ ਕਿਸਾਨਾਂ ਨੂੰ ਘੱਟ ਕੀਮਤ ਦੀ ਅਦਾਇਗੀ ਕਰਨ ਤੇ ਸਜ਼ਾ ਦਾ ਵੀ ਪ੍ਰਬੰਧ ਤੇ ਮੰਗ ਕੀਤੀ ਗਈ ਹੈ ਇਹ ਦੋਵੇਂ ਬਿਲਾ ਦਾ ਉਦੇਸ਼ ਏਪੀਐਮਸੀ ਕਾਨੂੰਨਾ ਦੇ ਸਥਾਪਿਤ ਢਾਂਚੇ ਦੇ ਰਾਹੀਂ ਘੱਟੋ-ਕੱਟ ਸਮਰਥਨ ਮੁੱਲ ਦੀ ਵਿਧੀ ਸਮੇਤ ਵੱਖੋ-ਵੱਖ ਸੁਰੱਖਿਆਵਾਂ ਬਹਾਲ ਕਰਕੇ ਕੇਂਦਰੀ ਐਕਟ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਵੱਲੋਂ ਨੁਕਸਾਨ ਦੇ ਜ਼ਾਹਰ ਕੀਤੇ ਤੌਖਲਿਆਂ ਨੂੰ ਰੋਕਣ ਦਾ ਕੰਮ ਹੈ ਤਾਂ ਜੋ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਖੇਤੀਬਾੜੀ ਦੇ ਧੰਦੇ ਨਾਲ ਜੁੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਰਨਾਂ ਦੀ ਰੋਜ਼ੀ-ਰੋਟੀ ਅਤੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਕਿਉਂਕਿ ਇਸੇ ਕਰਕੇ ਇਹਨਾਂ ਹਿੱਤਾਂ ਨੂੰ ਦਾਅ ਤੇ ਲੱਗਦਿਆਂ ਦੇਖ ਕੇ ਇਸ ਵਕਤ ਅੰਨਦਾਤਾ ਸੜਕਾਂ ਦੇ ਉੱਤੇ ਹੈ ਇਸੇ ਦੌਰਾਨ ਖਪਤਕਾਰਾਂ ਨੂੰ ਖੇਤੀਬਾੜੀ ਉਪਜ ਦੀ ਜਮ੍ਹਾਂ ਖੋਰੀ ਅਤੇ ਕਾਲਾ ਬਾਜ਼ਾਰੀ ਤੋਂ ਬਚਾਉਣ ਵਾਸਤੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਨਾਲ ਖੇਤੀਬਾੜੀ ਧੰਦੇ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਰਾਂ ਦੀ ਰੋਜ਼ੀ-ਰੋਟੀ ਦੀ ਹਿੱਤਾਂ ਦੀ ਰਾਖੀ ਵਾਸਤੇ ਸੂਬਾ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਬਿੱਲ 2020 ਪੇਸ਼ ਕੀਤਾ ਗਿਆ ਇਹ ਬਿੱਲ ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 1 ਉਪ ਧਾਰਾ 2 ਧਾਰਾ 3 ਦੀ ਉਪਤਾਰਾ 1 ਇਹ ਵਿੱਚ ਸੋਧ ਕਰਕੇ ਕੇਂਦਰ ਦੇ ਜ਼ਰੂਰੀ ਵਸਤਾਂ ਸੋਧ ਐਕਟ 2020 ਵਿੱਚ ਸੋਧ ਕਰਨ ਦੀ ਮੰਗ ਕਰਦਾ ਹੈ ਇਹ ਬਿਲ ਜ਼ਰੂਰੀ ਵਸਤਾਂ ਸੋਧ ਐਕਟ 2020 ਨਾਮੀ ਕੇਂਦਰੀ ਐਕਟ ਦੇ ਲਾਗੂ ਕਰਨ ਸੰਬੰਧੀ 4 ਜੂਨ 2020 ਨੂੰ ਪਹਿਲਾ ਵਰਗੀ ਸਥਿਤੀ ਬਹਾਲ ਕਰਨ ਨੂੰ ਯਕੀਨੀ ਬਣਾਉਣ ਦੀ ਮੰਗ ਕਰਦਾ ਹੁਣ ਮੁੱਖ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਚੌਥਾ ਬਿਲ ਉਹ ਉਹ ਵੀ ਬਹੁਤ ਮਹੱਤਵਪੂਰਨ ਬਿੱਲ ਹੈ ਕਿਉਂਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਛੋਟੀਆਂ ਜ਼ੋਤਾਂ ਵਾਲੇ ਸਭ ਤੋਂ ਵੱਧ ਕਿਸਾਨ ਨੇ 70 ਤੋਂ 80% ਦੀ ਉਹ ਕਿਸਾਨ ਹੋਣੇ ਨੇ ਜਿਹੜੇ 2 ਢਾਈ ਏਕੜ ਤੋਂ ਲੈ ਕੇ 5 ਏਕੜ ਤੱਕ ਵਾਲੇ ਕਿਸਾਨ ਨੇ ਆ ਜਿਹੜਾ ਚੌਥਾ ਬਿੱਲ ਹੈ ਇਹਦੇ ਵਿੱਚ ਢਾਈ ਏਕੜ ਤੋਂ ਘੱਟ ਵਾਲੇ ਜਿਹੜੇ ਕਿਸਾਨ ਨੇ ਜਿਨ੍ਹਾਂ ਕੋਲ ਛੋਟੀਆਂ ਜ਼ੋਤਾਂ ਨੇ ਜ਼ਮੀਨ ਦੀ ਕਰਕੀ ਤੋਂ ਰਾਹਤ ਪ੍ਰਦਾਨ ਕਰਦਾ ਹੈ ਕੋਡ ਆਫ ਸਿਵਲ ਪ੍ਰੋਸੀਜਰ ਪੰਜਾਬ ਸੋਧ ਬਿੱਲ 2020 ਕੋਡ ਆਫ ਸਿਵਲ ਪ੍ਰੋਸੀਜਰ 1908 ਦੀ ਧਾਰਾ 60 ਵਿੱਚ 2.5 ਏਕੜ ਤੋਂ ਘੱਟ ਦੀ ਖੇਤੀਬਾੜੀ ਜ਼ਮੀਨ ਨੂੰ ਛੋੜ ਦੀ ਵਿਵਸਥਾ ਵਿੱਚ ਸ਼ਾਮਲ ਕਰਨ ਦੀ ਮੰਕੀਤੀ ਗਈ ਹੈ ਕੋਡ ਆਫ ਸਿਵਲ ਪ੍ਰੋਸੀਜਰ 1908 ਦੀ ਧਾਰਾ ਵਿੱਚ ਵੱਖੋ-ਵੱਖ ਚੱਲ ਅਤੇ ਅਚੱਲ ਜਾਇਦਾਦਾਂ ਦੀ ਕੁਰਕੀ ਜਾਂ ਫਰਮਾਨ ਦੀ ਵਿਵਸਥਾ ਹੈ ਇਸ ਨਵੀਂ ਸੋਧ ਦੇ ਤਹਿਤ ਪਸ਼ੂ ਹੋਣ ਭਾਵੇਂ ਖੇਤੀਬਾੜੀ ਦੇ ਸੰਧ ਹੋਣ ਪਸ਼ੂਆਂ ਦੇ ਸ਼ੈੱਡ ਹੋਣ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਕੁਰਕੀ ਮੁਕਤ ਹੋਣ ਦਾ ਇਹਦੇ ਵਿੱਚ ਇੱਕ ਸੋਧ ਐਕਟ ਪਾਸ ਕੀਤਾ ਗਿਆ ਪਰ ਹਾਲੇ ਤੱਕ ਖੇਤੀਬਾੜੀ ਜ਼ਮੀਨ ਦੀ ਕੁਰਕੀ ਕੀਤੀ ਜਾ ਸਕਦੀ ਹੈ ਖੇਤੀਬਾੜੀ ਦੇ ਠੇਕਿਆਂ ਨੂੰ ਲਾਗੂ ਕਰਨ ਦੇ ਨਤੀਜੇ ਵਜੋਂ ਜਾਂ ਆਪਣੀ ਜ਼ਮੀਨ ਦੀ ਕੁਰਕੀ ਜਾਂ ਉਸਤੇ ਫਰਮਾਨ ਦੇ ਬਾਰੇ ਕਿਸਾਨਾਂ ਦੇ ਖਾਦਸ਼ਿਆਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਬਿੱਲ ਦੇ ਰਾਹੀਂ ਛੋਟੇ ਕਿਸਾਨਾਂ ਜਾਂ 2.5 ਏਕੜ ਤੱਕ ਦੀ ਜ਼ਮੀਨ ਦੀ ਕੁਰਕੀ ਜਾਂ ਫਰਮਾਨ ਤੋਂ ਪੂਰੀ ਤਰ੍ਹਾਂ ਛੋਟ ਦੇਣ ਦੀ ਇਸ ਬਿੱਲ ਦੇ ਰਾਹੀਂ ਮੰਗ ਕੀਤੀ ਗਈ ਹੈ ਇਹ ਸਾਲ 2017 ਲਈ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਸੀ ਜਿਸ ਤੇ ਮੱਦੇ ਨਾਜ਼ਰ ਪੰਜਾਬ ਸਰਕਾਰ ਨੇ ਪਹਿਲਾਂ ਪੰਜਾਬ ਰਾਜ ਸਹਿਕਾਰੀ ਸੁਭਾਵਾਂ ਐਕਟ 1961 ਵਿੱਚ ਸੋਧ ਕਰਕੇ 67 ਏਮ ਹਟਾ ਦਿੱਤਾ ਸੀ ਜਿਸ ਨਾਲ ਸਰਕਾਰੀ ਵਿੱਤੀ ਸੰਸਥਾਵਾਂ ਨੂੰ ਕਿਸਾਨਾਂ ਦੀ ਜ਼ਮੀਨ কুরਕੀ ਕਰਨ ਦੀ ਆਗਿਆ ਮਿਲ ਜਾਂਦੀ ਸੀ ਸਹਿਕਾਰੀ ਬੈਂਕਾਂ ਤੋਂ ਇਲਾਵਾ ਬਹੁਤ ਸਾਰੀਆਂ ਵਿੱਤੀ ਸੰਸਥਾਵਾਂ ਨੇ ਬੈਂਕਾਂ ਨੇ ਇਨਾਂ ਦੇ ਸਬੰਧ ਵਿੱਚ ਇਹ ਮਾਮਲਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਸੀ ਹੁਣ ਜੇ ਇਹਨੂੰ ਸੰਖੇਪ ਕਰਕੇ ਸਮਝਾਉਣਾ ਹੋਵੇ ਇਹ ਮੈਂ ਲਗਭਗ ਤੁਹਾਨੂੰ ਵਿਸਥਾਰ ਦੱਸਿਆ ਜਿਹੜਾ ਬਿਲ ਉੱਥੇ ਪੜਿਆ ਗਿਆ ਤੇ ਜਿਹੜਾ ਪਾਸ ਕਰ ਦਿੱਤਾ ਗਿਆ ਹੁਣ ਮੋٹے ਤੌਰ ਤੇ ਇਹ ਇਹ ਜਿਹੜੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਨੇ ਉਹਨਾਂ ਦੇ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ਕਿ ਉਹਦੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨ ਦੇ ਅਧੀਨ ਲਿਆਂਦਾ ਜਾਵੇ ਜੇਕਰ ਉਹ ਘੱਟੋ-ਘੱਟ ਕੋਈ ਸਮਰਥਨ ਮੁੱਲ ਨਾ ਦੇਵੇ ਤਾਂ ਉਸ ਨੂੰ ਸਜ਼ਾ ਘੱਟੋ-ਘੱਟ 3 ਸਾਲ ਤੇ ਨਾਲ ਜੁਰਮਾਨਾ ਲਾਇਆ ਜਾਵੇ ਜਿਹੜੇ ਕਿਸਾਨਾਂ ਦੀ 2.5 ਏਕੜ ਤੋਂ ਘੱਟ ਜ਼ਮੀਨ ਆ ਉਸਦੀ ਕੁਰਕੀ ਨਾ ਕੀਤੀ ਜਾ ਸਕੇ ਜਿਹੜੇ ਕਿਸਾਨਾਂ ਦੇ ਨਾਲ ਖੇਤੀਬਾੜੀ ਦੇ ਸਬੰਧਤ ਸੰਦ ਨੇ ਕੋਈ ਛੱਡ ਨੇ ਉਹਨਾਂ ਦੇ ਪਸ਼ੂ ਨੇ ਉਹਨਾਂ ਦੀ ਕੁਰਕੀ ਨਾ ਕੀਤੀ ਜਾ ਸਕੇ ਅਤੇ ਕਿਸੇ ਵੀ ਵਿਅਕਤੀ ਨੇ ਜੇਕਰ ਜਮਾਖੋਰੀ ਕਰਨੀ ਹੈ ਕਿਉਂਕਿ 1955 ਦੇ ਵਿੱਚ ਇਹ ਇੱਕ ਐਕਟ ਬਣਾਇਆ ਗਿਆ ਸੀ ਕੇਂਦਰ ਸਰਕਾਰ ਨੇ ਲਗਭਗ ਆਪਣੇ ਹੱਥ ਵੜ ਕੇ ਵੱਡੇ ਵਪਾਰੀਆਂ ਦੇ ਅੱਗੇ ਦੇ ਦਿੱਤੇ ਤੇ ਇੱਕ ਬਿਲ ਇਹ ਵੀ ਪਾਸ ਕਰ ਦਿੱਤਾ ਗਿਆ ਕਿ ਕੋਈ ਵੀ ਜਮਾਖੋਰੀ ਨਾ ਕਰ ਸਕੇ ਹੁਣ ਇਹਨੂੰ ਆਧਾਰ ਬਣਾਇਆ ਜਾ ਸਕੇਗਾ ਕੱਲ ਕੱਲ ਨੂੰ ਜੇਕਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਣਾ ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਮੰਗ ਕਰ ਰਹੇ ਸਨ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿਸਾਨਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰ ਦਿੱਤਾ ਹੈ ਇਹ ਕਮ ਚੰਗਾ ਹੋਇਆ ਹੁਣ ਵੇਖਦੇ ਹਾਂ ਕਿ ਇਹਦੇ ਤੋਂ ਬਾਅਦ ਅੱਜ ਪੰਜਾਬ ਦੀਆਂ ਫੇਰ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਉਹ ਕੀ ਮਤਾ ਪਾਸ ਕਰਦੇ ਹੈ ਨਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਰੇਲਵੇ ਲਾਈਨਾਂ ਤੋਂ ਆਪਣੇ ਧਰਨੇ ਚੁੱਕ ਲੈ ਜਾਣ ਹੁਣ ਅੱਜ ਹੋਣ ਵਾਲੀ ਮੀਟਿੰਗ ਦੇ ਵਿੱਚ ਵੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਦਾ ਫੈਸਲਾ ਲੈਂਦੀਆਂ ਨੇ ਤੇ ਅਗਲੀ ਖਬਰ ਇਹ ਵੀ ਪੰਜਾਬ ਦੇ ਇੱਕ ਵਜ਼ੀਰ ਨੇ ਸਾਧੂ ਸਿੰਘ ਧਰਮਸੋਤ ਇੱਕ ਅੱਧਾ ਵਿਵਾਦ ਉਹਨਾਂ ਦਾ ਖੜਾ ਛੱਡਦਾ ਤੇ ਨਵਾਂ ਤਿਆਰ ਖੜਾ ਹੁੰਦਾ ਜਾਂ ਨਵਾਂ ਤਿਆਰ ਕਰ ਲੈਂਦੀ ਹੈ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਲਤ ਵਜ਼ੀਫੀਆਂ ਦਾ ਮੁੱਦਾ ਹਲੇ ਮੈਨੂੰ ਨਹੀਂ ਲੱਗਦਾ ਕਿ ਠੰਡਾ ਹੋ ਗਿਆ ਤੇ ਹੁਣ ਇੱਕ ਹੋਰ ਵਿਵਾਦ ਉੱਠ ਖੜਿਆ ਕਿ ਜੰਗਲਾਤ ਵਿਭਾਗ ਦੇ ਵੱਲੋਂ ਕਰੋੜਾਂ ਦਾ ਜ਼ਮੀਨੀ ਕੱਪੜਾ ਕੀਤਾ ਗਿਆ ਮੈਨੂੰ ਲੱਗਦਾ ਹੈ ਕਿ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਪਰ ਪਿਛਲੀ ਵਾਰੀ ਮੁਸ਼ਕਲਾਂ ਦਾ ਹੱਲ ਕਪਣਾ ਮਰਿੰਦਰ ਸਿੰਘ ਨੇ ਕਰ ਦਿੱਤਾ ਸੀ ਕਹਿੰਦੇ ਦੇਖੋ ਇਹਨਾਂ ਨੇ ਤਾਂ ਸਾਈਨ ਹੀ ਕੀਤੇ ਐ ਇਹਨਾਂ ਦੀ ਗਲਤੀ ਕੋਈ ਨਹੀਂ ਪਰ ਜਿਹੜੀ ਆ ਖਬਰ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨੀਜਨਕ ਖਬਰ ਹੈ ਜੰਗਲਾਤ ਵਿਭਾਗ ਦੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਕੌਡੀਆਂ ਦੇ ਭਾਅ ਵਾਲੀ ਜ਼ਮੀਨ ਲੱਖਾਂ ਕਰੋੜਾਂ ਦੀ ਖਰੀਦ ਲਈ ਗਈ ਹੁਣ ਇਹ ਅਰਧ ਪਹਾੜੀ ਜੰਗਲੀ ਜ਼ਮੀਨ ਨੂੰ ਲੱਖਾਂ ਰੁਪਏ ਦੇ ਵਿੱਚ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਨੂੰ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਜਿਹੜੀ ਜਾਣਕਾਰੀ ਮਿਲੀ ਹੈ ਕਿ ਪੰਜਾਬ வன ਵਿਭਾਗ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਬਲਾਕ ਨੂਰਪੁਰ ਵੇਦੀ ਦੇ ਪਿੰਡ ਕਰੂਰਾ ਦੇ ਵਿੱਚ ਬੀਤੀ 1 ਸਤੰਬਰ ਨੂੰ 54 ਏਕੜ ਅਤੇ 8 ਮਰਲੇ ਅਰਧ ਪਹਾੜੀ ਇਲਾਕੇ ਵਿੱਚ ਸਥਿਤ ਜੰਗਲੀ ਅਤੇ ਕੁਝ ਇਸ ਤਰ੍ਹਾਂ ਦੀ ਝਾੜੀਆਂ ਵਾਲੀ ਜ਼ਮੀਨ ਖਰੀਦੀ ਗਈ ਹੈ ਤੇ ਵੱਖੋ ਵੱਖ ਦੋ ਰਜਿਸਟਰੀਆਂ ਕਰਵਾਈਆਂ ਗਈਆਂ ਨੇ ਇੱਕ ਰਜਿਸਟਰੀ ਹੋਈ ਆ 5 ਕਰੋੜ 35 ਲੱਖ ਤੇ 9500 ਰੁਪਏ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਸਰਕਾਰੀ ਰੇਟ 90000 ਰੁਪਏ ਆ ਉਥੇ ਸਿਰਫ 90000 ਰੁਪਏ ਏਕੜਾ ਪਰ ਉਸ ਨੂੰ ਪੰਜਾਬ ਦੇ ਵਣ ਵਿਭਾਗ ਵੱਲੋਂ 9 ਲੱਖ ਤੇ 90000 ਰੁਪਏ ਪ੍ਰਤੀ ਏਕੜ ਖਰੀਦਿਆ ਗਿਆ 90000 ਨੂੰ 9 ਲੱਖ 90000 ਪ੍ਰਤੀ ਏਕੜ ਖਰੀਦਿਆ ਜਾਣਾ ਇਹ ਕਿਥੋਂ ਦੀ ਗੱਬਦਅ ਹੈ ਇਸੇ ਕਰਕੇ ਵਿਵਾਦ ਖੜਾ ਹੋ ਗਿਆ ਹੁਣ ਜਾਂਚ ਪੜਤਾਲ ਜਦੋਂ ਕੀਤੀ ਗਈ ਪਤਾ ਲੱਗਿਆ ਕਿ ਕਰੂਰਾ ਪਿੰਡ ਦੇ ਜੰਗਲੀ ਰਕਵੇ ਦੀ ਆਮ ਕੀਮਤ 90000 ਤੋਂ ਲੈ ਕੇ 2 ਲੱਖ ਤੋਂ ਵੱਧ ਅੱਜ ਤੱਕ ਕਦੇ ਵਿਕੀ ਨਹੀਂ ਇਹ ਵੀ ਉਹ ਦੱਸ ਰਹੇ ਹਨ ਜਦੋਂ ਪੰਜਾਬ ਦੇ ਵਿੱਚ ਜ਼ਮੀਨ ਬਹੁਤ ਮਹਿੰਗੀ ਸੀ ਫਿਰ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੀ ਕਿਹੜੀ ਆਫਤ ਆਈ ਹੋਈ ਸੀ ਕਿ 90000 ਰੁਪਏ ਪ੍ਰਤੀ ਏਕੜ ਵਾਲੀ ਜ਼ਮੀਨ ਘੱਟੋ ਘੱਟ 10 ਲੱਖ ਰੁਪਏ ਪ੍ਰਤੀ ਏਕੜ ਖਰੀਦੀ ਹੋਵੇ ਕਿਹੜੀ ਮਜਬੂਰੀ ਸੀ ਕਿਹੜੀ ਕੁਲਾੜੀ ਚ ਵਾਹ ਆਈ ਸੀ ਕਿਹੜੀ ਬੇਲੇ ਨੇ ਚ ਵਾਹ ਆਈ ਹੋਈ ਸੀ ਪੰਜਾਬ ਸਰਕਾਰ ਵੱਲੋਂ ਇਹ ਜ਼ਮੀਨ ਵਸਿਕਾ ਨੰਬਰ 508 ਅਤੇ 561 1 ਸਤੰਬਰ 2020 ਨੂੰ ਦੋ ਵੱਖੋ ਵੱਖਰ ਰਜਿਸਟਰੀਆਂ ਰਾਹੀਂ ਖਰੀਦ ਲਈ ਗਈ ਹੈ ਜਾਣਕਾਰੀ ਅਨੁਸਾਰ ਸਰਕਾਰੀ ਸੌਦੇ ਨੂੰ ਹਿਮਾਚਲ ਦੇ ਇੱਕ ਸ਼ਰਮਣੀ ਕਮੇਟੀ ਮੈਂਬਰ ਅਤੇ ਉਸਦੇ ਭਰਾ ਵੱਲੋਂ ਵੇਚਿਆ ਗਿਆ ਤੇ ਵਣ ਵਿਭਾਗ ਨੇ ਇਹ ਜ਼ਮੀਨ ਸ਼ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਉਸਦੇ ਭਰਾ ਅਮਰਿੰਦਰ ਸਿੰਘ ਭਿੰਡਰ ਜਿਹੜੇ ਨਾਲਾਗੜ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ ਉਹਨਾਂ ਤੋਂ ਖਰੀਦੀ ਹੈ ਪਤਾ ਲੱਗਿਆ ਕਿ ਜੰਗਲੀ ਇਲਾਕੇ ਦੇ ਵਿੱਚ ਲੋਕ ਆਪਣੀ ਨਿੱਜੀ ਮਾਲਕੀ ਦੀ ਜ਼ਮੀਨ ਹਾਲੇ ਵੀ 2 ਤੋਂ ਲੈ ਕੇ 2.5 ਲੱਖ ਤੋਂ ਵੱਧ ਅ ਕਦੇ ਮਹਿੰਗੇ ਤੋਂ ਮਹਿੰਗੇ ਸਮੇਂ ਵਿੱਚ ਵੀ ਵੇਚ ਨਹੀਂ ਸਕੇ ਭਾਜ ਕੋ ਪਰ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਹਾਲੇ ਵੀ ਜੰਗਲਾਤ ਵਿਭਾਗ ਨਾਲ ਇਹ ਰੇਟ ਤੈਅ ਕਰਕੇ ਲੋਕਾਂ ਤੋਂ ਕਾਉਡੀਆਂ ਦੇ ਭਾਅ ਜ਼ਮੀਨ ਖਰੀਦਣ ਦੀਆਂ ਸਾਈਆਂ ਵੀ ਦਿੱਤੀਆਂ ਹੋਈਆਂ ਨੇ ਤੇ ਜੇਕਰ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਕਈ ਤੱਥ ਹੋਰ ਨਿਕਲ ਕੇ ਸਾਹਮਣੇ ਆਉਣਗੇ ਤੇ ਆ 2015 ਤੇ 16 ਦੇ ਵਿੱਚ ਇਸ ਪਛੜੇ ਇਲਾਕੇ ਦੀ ਜੰਗਲ ਦੀ ਜ਼ਮੀਨ ਮੈਂ ਵਾਰ-ਵਾਰ ਦੱਸ ਰਿਹਾ ਕਿ 90000 ਰੁਪਏ ਪ੍ਰਤੀ ਏਕੜ ਤੱਕ ਵਿਕਦੀ ਰਹੀ ਹੈ ਹੁਣ ਪੰਜਾਬ ਦੇ ਵਿੱਚ 2015-16 ਵਾਲੇ ਰੇਟ ਨਹੀਂ ਜਿਹੜੀ ਜ਼ਮੀਨ ਉਦੋਂ 70 ਲੱਖ ਰੁਪਏ ਨੂੰ ਵਿਕਦੀ ਸੀ ਅੱਜ ਕੋਈ 7 ਲੱਖ ਰੁਪਏ ਨੂੰ ਲੈਣ ਵਾਸਤੇ ਤਿਆਰ ਨਹੀਂ ਜੇ 2014-15 ਦੇ ਵਿੱਚ ਇਹ ਜ਼ਮੀਨ 90000 ਰੁਪਏ ਪ੍ਰਤੀ ਏਕੜ ਵਿਕ ਰਹੀ ਸੀ ਅੱਜ ਤੇ ਪੰਜਾਬ ਦੇ ਵਿੱਚ ਜ਼ਮੀਨ ਦੇ ਪਾਸ ਬਹੁਤ ਠੇਠ ਡਿੱਗੀ ਹੋਈ ਨਹੀਂ ਤੇ ਫਿਰ ਪੰਜਾਬ ਦੇ ਜੰਗਲਾਤ ਵਿਭਾਗ ਨੂੰ ਲਗਭਗ 9.90 ਲੱਖ ਰੁਪਏ ਪ੍ਰਤੀ ਏਕੜੇ ਜ਼ਮੀਨ ਖਰੀਦਣ ਦੀ ਲੋੜ ਕਿਹੜੀ ਪਈ ਸੀ ਤੇ ਉਧਰ ਜਦੋਂ ਸਾਧੂ ਸਿੰਘ ਧਰਮਸੂਤ ਨੂੰ ਪੁੱਛਿਆ ਗਿਆ ਆ ਲਗਭਗ ਉੱਤਰ ਇੰਜ ਜਾਪਦਾ ਜਿਵੇਂ ਸਾਧੂ ਸਿੰਘ ਧਰਮਸੂਤ ਨੇ ਰਿਕਾਰਡ ਕਰਕੇ ਰੱਖਿਆ ਹੋਵੇ ਜਦੋਂ ਉਹਨਾਂ ਨੂੰ ਪਿਛਲੇ ਮਾਮਲੇ ਵਿੱਚ ਜਿਹੜਾ ਦਲਤ ਵਜੀਫੇ ਵਾਲਾ ਘਟਾਲਾ ਹੋਇਆ ਸੀ ਪੁੱਛਿਆ ਸੀ ਉਹ ਕਹਿੰਦੇ ਸੀ ਵੀ ਮੈਨੂੰ ਇਸ ਮਾਮਲੇ ਬਾਰੇ ਕੋਈ ਬਾੜਾ ਪਤਾ ਨਹੀਂ ਮੈਨੂੰ ਇਸ ਮਾਮਲੇ ਦੇ ਕਾਗਜ਼ ਪੱਤਰ ਭੇਜ ਦਿਓ ਮੈਂ ਸਾਰੀ ਜਾਂਚ ਕਰਵਾ ਲਾਂਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ ਮੰਤਰੀ ਸਾਹਿਬ ਮਹਿਕਮਾ ਤੁਹਾਡਾ ਤੁਹਾਨੂੰ ਇਹਦੇ ਕੋਈ ਇਲਮ ਨਹੀਂ ਕਿ ਜ਼ਮੀਨ ਖਰੀਦ ਕਿਵੇਂ ਲਈ ਕਦ ਖਰੀਦ ਲਈ ਕਿੰਨੇ ਚ ਖਰੀਦ ਲਈ ਗਈ ਅ 50-60000 ਰੁਪਏ ਪ੍ਰਤੀ ਏਕੜ ਵਾਲੀ ਜ਼ਮੀਨ 10 ਲੱਖ ਰੁਪਏ ਨੂੰ ਖਰੀਦ ਲਈ ਗਈ ਜੇ ਤੁਹਾਨੂੰ ਨਹੀਂ ਪਤਾ ਫਿਰ ਜ਼ਿੰਮੇਵਾਰੀ ਕਿਹਦੀ ਹੈ ਪਹਿਲਾ ਮਾਮਲਾ ਹੋਇਆ ਦਲਤ ਵਜ਼ੀਫੇ ਵਾਲਾ ਉੱਥੇ ਸਿਰਫ ਇਹ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਗਿਆ ਕਿ ਭਾਈ ਮੰਤਰੀ ਸਾਹਿਬ ਨੇ ਤਾਂ ਸਾਈਨ ਕੀਤੇ ਐ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਦਾ ਤੁਸੀਂ ਸਾਈਨ ਕਿਹੜੀ ਚੀਜ਼ ਤੇ ਕਰਦੇ ਹੋ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਤੁਹਾਡੇ ਵਿਭਾਗ ਵਿੱਚ ਜ਼ਮੀਨ ਕੌਣ ਖਰੀਦ ਜਾਂਦਾ ਕਿੰਨੇ ਚ ਖਰੀਦ ਜਾਂਦਾ ਕਿੱਥੇ ਖਰੀਦੀ ਜਾਂਦੀ ਹੈ ਪੀਪਰ ਤਾਂ ਤੁਹਾਡੇ ਵਿਭਾਗਮੇ ਦੇ ਨੇ ਤੁਹਾਡੇ ਕੋਲ ਹੋਣਗੇ ਤੁਸੀਂ ਕਹਿੰਦੇ ਹੋ ਮੈਨੂੰ ਪੀਪਰ ਭੇਜ ਦਿਓ ਮੈਂ ਮਾਮਲੇ ਦੀ ਜਾਂਚ ਕਰਵਾ ਲੂੰ ਕਮਾਲ ਦੀ ਗੱਲ ਆ ਜਦੋਂ ਇਹੀ ਅਕਾਲੀਦਾਲੂ ਪਤਾ ਲੱਗਿਆ ਵਿਕਰਮ ਸਿੰਘ ਮਜੀਠੀਆ ਕਹਿੰਦੇ ਸਾਧੂ ਸਿੰਘ ਧਰਮਸੋਤ ਰਾਹੁਲ ਗਾਂਧੀ ਦਾ ਬਈ ਕਮਾਊ ਪੁੱਤਰ ਐ ਸਾਧੂ ਦੇ ਭੇਸ ਦੇ ਵਿੱਚ ਪਹਿਲਾਂ ਦਲਤਾਂ ਦੇ ਵਜ਼ੀਫੇ ਖੁਰਦਬੁਰਦ ਕਰ ਗਿਆ ਹੁਣ ਜੰਗਲਾਤ ਵਿਭਾਗ ਨੂੰ ਸਰਕਾਰੀ ਰੇਟ ਤੋਂ 10 ਗੁਣਾ ਵਾਧੂ ਦੀ ਮੁੱਲ ਜ਼ਮੀਨ ਦਿਵਾ ਗਿਆ ਇਸ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਾਉਣ ਵਾਸਤੇ ਕਹਿੰਦੇ ਮੈਨੂੰ ਲੱਗਦਾ ਰੱਖਿਆ ਹੋਇਆ ਕੈਪਟਨ ਅਵਰੇਂਦਰ ਸਿੰਘ ਨੇ ਉਹ ਕਹਿੰਦੇ ਇਸ ਵਿਅਕਤੀ ਦੀ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ ਇਹਦੀ ਸੀਬੀਆਈ ਜਾਂਚ ਵੀ ਹੋਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਅਮਰ अरोड़ा ਨੂੰ ਪੁੱਛ ਲਿਆ ਉਹ ਕਹਿੰਦੇ ਤੁਸੀਂ ਵਿਰੋਧੀ ਧਿਰ ਤੋਂ ਵਿਰੋਧੀ ਧਿਰ ਦੇ ਉਪਾਗੋ ਤੁਸੀਂ ਦੱਸੋ ਇਹਦੇ ਤੇ ਕੀ ਕਹੋਗੇ ਉਹ ਕਹਿੰਦੇ ਅਸੀਂ ਪੰਜਾਬ ਵਿਧਾਨ ਸਭਾ ਦੇ اجلاس ਦੇ ਵਿੱਚ ਵੀ ਇਹ ਮਾਮਲਾ ਚੁੱਕਣਾ ਪਰ ਉਹਦੇ ਤੋਂ ਬਾਅਦ ਉਹ ਕਹਿੰਦੇ ਸਿਰਫ ਇੱਥੇ ਹੀ ਗੱਲ ਨਹੀਂ ਖੜਨੀ ਉਹ ਕਹਿੰਦੇ ਸਾਧੂ ਸੰਗ ਧਰਮ ਸੋਤ ਜਿੰਨੇ ਉਹਦੇ ਹੱਥ ਨੇ ਭਾਵ ਦੋਵੇਂ ਹੱਥਾਂ ਦੇ ਰਾਹਲ ਉਹ ਪੰਜਾਬ ਨੂੰ ਰੁਕਣ ਲੱਗਿਆ ਹੋਇਆ ਉਹ ਕਹਿੰਦੇ ਪਹਿਲਾਂ ਵਜੀਫੀਆਂ ਵਾਲਾ 65 ਕਰੋੜ ਦਾ ਚੂਨਾ ਲਾ ਗਿਆ ਆ ਹੁਣ ਕਰੋੜਾਂ ਦਾ ਜੰਗਲਾਤ ਵਿਭਾਗ ਦੀ ਜ਼ਮੀਨ ਖਰੀਦ ਕੇ ਚੂਨਾ ਲਾ ਗਿਆ ਹੁਣ ਜੇ ਚੂਨੇ ਲਾਉਣ ਵਾਸਤੇ ਇਹ ਨਸੀਰਾਂ ਚੁੰਨਦੇ ਆ ਲੋਕਾਂ ਨੂੰ ਜੇ ਇਹਨਾਂ ਨੇ ਇਹ ਦੋਨੇ ਹੱਥੀ ਪੰਜਾਬ ਨੂੰ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣਾ ਤਾਂ ਲੁੱਟਣ ਨੂੰ ਤਾਂ ਹੋਰ ਬਥੇਰੇ ਹੋਣਗੇ ਤੁਹਾਡੇ ਤਾਂ ਢੱਡ ਹਲੇ ਕਿੰਨਿਆਂ ਕਿੰਨਿਆਂ ਵਰਿਆਂ ਦੇ ਭਰੇ ਹੀ ਨਹੀਂ ਤੁਸੀਂ ਗਰੀਬਾਂ ਬਾਰੇ ਸੋਚੋ ਆ ਪੰਜਾਬ ਦੇ ਬਾਰੇ ਸੋਚੋ ਆ ਖੁਦਕੁਸ਼ੀਆਂ ਕਰ ਰਹੇ ਕਿਸਾਨ ਦੇ ਬਾਰੇ ਸੋਚੋ ਮਜ਼ਦੂਰ ਦੇ ਬਾਰੇ ਸੋਚੋ ਪੜੀ ਹੋਈ ਜਵਾਨੀ ਬਾਰੇ ਸੋਚੋ ਜਿਨ੍ਹਾਂ ਦੇ ਡਾਂਗਾ ਫਰ ਰਹੀਆਂ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਨ੍ਹਾਂ ਨਾਲ ਤੁਸੀਂ ਵਾਅਦੇ ਕੀਤੇ ਸੀ ਸੋ ਘਟੋ ਘਟ ਮੰਤਰੀ ਸਾਹਿਬ ਲਾਲਚ ਕਿਸੇ ਹੱਦ ਤੱਕ ਤਾਂ ਜਾਇਜ਼ ਆ ਪਰ ਆ ਤਾਂ ਲਗਾਤਾਰ ਨਜਾਇਜ਼ ਕਰ ਰਹੇ ਹੋ ਸੋ ਅਗਲੀ ਖਬਰ ਕਿਉਂਕਿ ਲੀਡਰਾਂ ਨੂੰ ਇਸ ਵਕਤ ਬਖਸ਼ ਨਹੀਂ ਰਹੇ ਲੋਕ ਤੁਹਾਨੂੰ ਯਾਦ ਹੋਣਾ ਕਿ ਲਗਭਗ 25 ਦੇਣਾ ਤੋਂ ਵੱਧ ਦਾ ਸਮਾਂ ਹੋ ਗਿਆ ਕੇਂਦਰ ਵੱਲੋਂ ਪਾਸ ਕੀਤੇ ਤਿੰਨੇ ਬਿੱਲ ਜਿਹੜੇ ਖੇਤੀ ਦੇ ਵਿਰੋਧ ਨੇ ਉਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਤੇ ਕਿਸਾਨ ਜੱਥੇਬੰਦੀਆਂ ਦੇ ਵਿੱਚ ਲਗਾਤਾਰ ਗੁੱਸਾ ਹੈ ਕੋਈ ਰੇਲਾਂ ਰੋਕੀ ਬੈਠਾ ਹੈ ਕੋਈ ਸੜਕਾਂ ਰੋਕੀ ਬੈਠਾ ਹੈ ਤੇ ਕੋਈ ਭਾਜਪਾ ਦੇ ਲੀਡਰਾਂ ਦਾ ਘਰਾਓ ਕਰ ਰਿਹਾ ਤੇ ਕੋਈ ਕਾਂਗਰਸ ਦੇ ਲੀਡਰਾਂ ਦਾ ਘਰਾਓ ਕਰ ਰਿਹਾ ਅੱਜ ਜਲੰਧਰ ਦੇ ਵਿੱਚ ਹੀ ਬੀਤੇ ਇੱਕ ਹਫ਼ਤੇ ਦੇ ਦੌਰਾਨ ਭਾਜਪਾ ਦੇ ਲੀਡਰਾਂ ਦਾ ਦੂਸਰੀ ਵਾਰ ਘਰਾਓ ਹੋਇਆ ਤੁਹਾਨੂੰ ਯਾਦ ਹੋਣਾ ਹੈ ਕਿ ਖੜੂਰ ਸਾਹਿਬ ਪਹੁੰਚੇ ਸੀ ਬੀਤੇ ਦਿਨੀ ਕੇਂਦਰੀ ਮੰਤਰੀ ਸਾਬਕਾ ਕੇਂਦਰੀ ਮੰਤਰੀ ਵਿਜੇ ਸੰਪਲਾ ਉਹਨਾਂ ਨੂੰ ਘੇਰ ਲਿਆ ਸੀ ਜਿਹੜੇ ਪਰਿਵਾਰ ਨੂੰ ਉਹ ਮਿਲਣ ਗਏ ਸੀ ਉਹਨਾਂ ਨੂੰ ਮਿਲਣ ਵੀ ਨਹੀਂ ਸੀ ਦਿੱਤਾ ਤੇ ਅੱਜ ਫੇਰ ਮੰਤਰੀ ਉਹੀ ਸੀ ਸਾਬਕਾ ਕੇਂਦਰੀ ਮੰਤਰੀ ਵਿਜੇ ਸੰਪਲਾ ਜਲੰਧਰ ਦੇ ਸਰਕਤ ਹਾਊਸ ਦੇ ਵਿੱਚ ਦਲਤ ਮੁੱਦੇ ਤੇ ਇੱਕ ਪ੍ਰੈਸ ਕਾਨਫਰੰਸ ਕਰਨ ਵਾਸਤੇ ਪਹੁੰਚੇ ਸੀ ਉਹਦੇ ਪਹੁੰਚਣ ਦੀ ਭਣਕ ਲੱਗੀ ਕਿਸਾਨਾਂ ਨੂੰ ਤੇ ਕਿਸਾਨਾਂ ਨੇ ਆਪਣੀਆਂ ਜਥੇਬੰਦੀਆਂ ਨੂੰ ਫੋਨ ਖੜਕਾ ਦਿੱਤੇ ਤੇ ਦੇਖਦੇ ਹੀ ਦੇਖਦੇ ਇਕੱਠ ਇੰਨਾ ਕੁ ਹੋ ਗਿਆ ਕਿ ਵਿਜੇ ਸੰਪਲਾ ਨੂੰ ਉਸ ਸਰਕਟ ਹਾਊਸ ਦੇ ਅੰਦਰ ਜਾਣਾ ਨਾ ਮੁਮਕਨ ਕਰ ਦਿੱਤਾ। ਵੱਡੀ ਗੰਟੀ ਵਿੱਚ ਪੁਲਿਸ ਵੀ ਪਹੁੰਚੀ। ਕਿਸਾਨ ਜਥੇਬੰਦੀਆਂ ਅੜ ਕੇ ਤੇ ਡਟ ਕੇ ਖੜਗੀਆਂ ਉਹ ਕਹਿੰਦੇ ਵਿਜੇ ਸੰਪਲਾ ਨਹੀਂ ਅੰਦਰ ਜਾ ਸਕਦਾ। ਧੱਕਾ ਮੁੱਕੀ ਵੀ ਹੋਈ ਕਿਸਾਨਾਂ ਦੇ ਨਾਲ ਪੁਲਿਸ ਦੀ। ਪਰ ਜਿੰਨੀ ਦੇਰ ਤੱਕ ਵਿਜੇ ਸੰਪਲਾ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਕਿਸਾਨ ਜਥੇਬੰਦੀਆਂ ਠੰਡੀਆਂ ਨਹੀਂ ਹੋਈਆਂ। ਆਖਰਕਾਰ ਵਿਜੇ ਸੰਪਲਾ ਨੂੰ ਬਾਹਰ ਦਰੀ ਵਿਛਾ ਕੇ ਉੱਥੇ ਹੀ ਬੈਠਣਾ ਪਿਆ ਤੇ ਉੱਥੇ ਹੀ ਬੈਠ ਕੇ ਉਹਨੂੰ ਸੰਬੋਧਨ ਕਰਨਾ ਪਿਆ। ਤੁਹਾਨੂੰ ਯਾਦ ਹੋਣਾ ਹੈ ਕਿ ਹਲੇ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਪ੍ਰਧਾਨ ਨੇ ਪੰਜਾਬ ਦੇ ਅਸ਼wini ਸ਼ਰਮਾ ਉਹਨਾਂ ਦੇ ਨਾਲ ਵੀ ਜਲੰਧਰ ਦੇ ਵਿੱਚ ਇਹੀ ਕੁਝ ਵਾਪਰਿਆ ਸੀ ਜਲੰਧਰ ਉਹ ਵੀ ਮੀਟਿੰਗ ਕਰਨ ਵਾਸਤੇ ਪਹੁੰਚੇ ਸੀ ਕਿਸਾਨ ਜਥੇਬੰਦੀਆਂ ਪਹੁੰਚ ਗਈਆਂ ਤੇ 7 ਘੰਟੇ ਡਕੀ ਰੱਖਿਆ ਸੀ ਅਸ਼ਵਰੀ ਸ਼ਰਮਾ ਨੂੰ ਤੇ ਬਾਅਦ ਦੇ ਵਿੱਚ ਇੱਕ ਹੋਰ ਸਗੂਫਾ ਛੱਡ ਮਾਰਿਆ ਸੀ ਕਿ ਪਠਾਨਕੋਟ ਨੂੰ ਜਾਂਦਿਆਂ ਦੇ ਵਿੱਚ ਇੱਕ ਟੋਲ ਪਲਾਜ਼ੇ ਦੇ ਨੇੜੇ ਭਾਈ ਉਹਨਾਂ ਦੀ ਗੱਡੀ ਤੇ ਹਮਲਾ ਹੋ ਗਿਆ ਉਹ ਕਹਿੰਦੇ ਸੀ ਕਿ ਕਿਸਾਨਾਂ ਨੇ ਨਹੀਂ ਕੀਤਾ ਇਹ ਹਮਲਾ ਕਾਂਗਰਸ ਵਾਲਿਆਂ ਨੇ ਕਰਵਾਇਆ ਜਿਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ ਕਿ ਤੁਸੀਂ ਜਾਣ ਬੁੱਝ ਕੇ ਇਸ ਸੰਘਰਸ਼ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਣ ਬੁੱਝ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਗਿਣੀ ਮਿਥੀ ਸਾਜ਼ਿਸ਼ ਸਾਡੀ ਕੋਈ ਨਹੀਂ ਉਹ ਕਹਿੰਦੇ ਸਾਨੂੰ ਪਤਾ ਕਿ ਭਾਜਪਾ ਕਿਸ ਤਰ੍ਹਾਂ ਦੀ ਰਾਜਨੀਤੀ ਦੇ ਉੱਤੇ ਉਤਰੀ ਹੋਈ ਹੈ ਉਹਦੇ ਤੋਂ ਬਾਅਦ ਪੰਜਾਬ ਦੇ ਗਵਰਨਰ ਵੀ ਕਾਫੀ ਸਰਗਰਮ ਹੋ ਗਏ ਸੋ ਕਹਿੰਦੇ ਕਿ ਭਾਜਪਾ ਦੇ ਕਿਸੇ ਲੀਡਰ ਦੇ ਉੱਤੇ ਕੋਈ ਹਮਲਾ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਭਾਵੇਂ ਨੰਦਿਆ ਕਰਦੇ ਆਂ ਪਰ ਘੱਟੋ-ਘੱਟ ਜੇ ਕਿਸਾਨ ਤੁਹਾਡੇ ਤੋਂ ਜਵਾਬ ਮੰਗਦੇ ਆ ਆਪਣੀ ਹਾਈ ਕਮਾਂਡ ਤੋਂ ਜਵਾਬ ਲੈ ਆਓ ਅਖੜੂਰ ਸਾਹਿਬ ਪਹੁੰਚੇ ਵਿਜੇ ਸੰਪਲਾਨ ਨੂੰ ਪੁੱਛਿਆ ਸੀ ਕਿ ਤੁਸੀਂ ਦੱਸੋ ਆ ਕਾਨੂੰਨ ਸਾਡੇ ਹੱਕ ਵਿੱਚ ਨੇ ਜਾਂ ਵਿਰੋਧ ਵਿੱਚ ਨੇ ਉਹ ਕਹਿੰਦੇ ਸੀ ਭਾਵੇਂ ਜਲੰਧਰ ਆਜੋ ਭਾਵੇਂ ਕਿਤੇ ਹੋਰ ਆਜੋ ਤੁਹਾਡੇ ਨਾਲ ਬੈਠ ਕੇ ਗੱਲ ਕਰਾ ਦੇਾਂਗੇ ਹਾਈ ਕਮਾਂਡ ਨਾਲ ਵੀ ਗੱਲ ਕਰਵਾ ਦੇਾਂਗੇ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿਸਾਨਾਂ ਨੇ ਕਿ ਕੀ ਇਹਨਾਂ ਨੂੰ ਰੱਦ ਕਰਵਾਓਗੇ ਸਾਡੀ ਤਾਂ ਮੰਗੇ ਆ ਫਿਰ ਚੁੱਪ ਕਰ ਗਏ ਸੀ ਪਾਵੇਂ ਕੁਝ ਵੀ ਆ ਇਸ ਵਕਤ ਕਿਸਾਨ ਜਥੇਬੰਦੀਆਂ ਸੰਘਰਸ਼ ਤਿੱਖੇ ਦੇ ਮੂਡ ਵਿੱਚ ਨੇ ਭਾਜਪਾ ਲੀਡਰਾਂ ਦਾ ਵੀ ਤੇ ਜਿਹੜੇ ਲੀਡਰ ਇਹਨਾਂ ਦਾ ਸਾਥ ਨਹੀਂ ਦੇ ਰਹੇ ਉਹਨਾਂ ਦੇ ਥਾਂ ਥਾਂ ਤੇ ਘਰਾਓ ਕੀਤੇ ਜਾ ਰਹੇ ਐ ਤੇ ਅਗਲੀ ਖਬਰ ਉਹਨਾਂ ਲੋਕਾਂ ਵਾਸਤੇ ਬੜੀ ਮਹੱਤਵਪੂਰਨ ਹੋ ਸਕਦੀ ਹੈ ਜਿਹੜੇ ਕੈਨੇਡਾ ਦੇ ਵਿੱਚ ਸੁਨਹਿਰਾ ਭਵਿੱਖ ਲੈ ਕੇ ਤਾਏ ਕਿ ਭਵਿੱਖ ਸੁਨਹਿਰਾ ਹੋਏਗਾ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਕਿਸੇ ਦੇ ਝਾਂਸੇ ਵਿੱਚ ਆ ਗਏ ਤੇ ਪਰ ਉਹ ਕੱਚੇ ਐ ਬਹੁਤ ਸਾਰੇ ਲੋਕ ਨੇ ਆਪਣੀਆਂ ਜਾਨਾਂ ਗਵਾ ਲੈਂਦੇ ਨੇ ਤੇ ਧਨ-ਮਾਲ ਵੀ ਗਵਾ ਲੈਂਦੇ ਐ ਹੁਣ ਬੀਤੇ ਦਿਨਾਂ ਤੋਂ ਜਦੋਂ ਤੋਂ ਪੈਂਡੈਮਿਕ ਚੱਲਿਆ ਮਹਾਮਾਰੀ ਆਈ ਉਸ ਦਿਨ ਤੋਂ ਕੈਨੇਡਾ ਦੇ ਵਿੱਚ ਕੱਚੇ ਲੋਕਾਂ ਨੂੰ ਪੱਕੇ ਕਰਨ ਦੀ ਇੱਕ ਮਹਿੰਮ ਵਢੀ ਗਈ ਇਹਨਾਂ ਕੱਚੇ ਲੋਕਾਂ ਦੇ ਵਾਸਤੇ ਇੱਕ ਕੰਮ ਕਰਦੀ ਹੈ ਸੰਸਥਾ ਤੇ ਸੰਸਥਾ ਦਾ ਨਾਮ ਹੈ ਹੋਪ ਵੈਲਫੇਅਰ ਸੁਸਾਇਟੀ ਇਹਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਤੋਂ ਮੰਗ ਕੀਤੀ ਹੈ ਕਿ ਉਹ ਜਿਹੜੇ ਕੱਚੇ ਲੋਕ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਪੱਕੇ ਕਰਨ ਵਾਸਤੇ ਫੌਰੀ ਤੌਰ ਤੇ ਕਦਮ ਪੁੱਟੇ ਜਾਣ ਤੇ ਬੀਤੇ ਕਈ ਹਮਹੀਨਿਆਂ ਤੋਂ ਇੱਕ ਪਟੀਸ਼ਨ ਤਿਆਰ ਕੀਤੀ ਗਈ ਸੀ ਤੇ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਕਿ ਇਸ ਪਟੀਸ਼ਨ ਦੇ ਉੱਤੇ 30 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖਤ ਕਰ ਦਿੱਤੇ ਐ ਅਤੇ ਆ ਬੀਤੇ ਸ਼ੁੱਕਰਵਾਰ ਨੂੰ ਵੈਨਕੂਵਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਦਫ਼ਤਰ ਦੇ ਬਾਹਰ ਇੱਕ ਮੁਜ਼ਾਹਰਾ ਇਹਨਾਂ ਵੱਲੋਂ ਕੀਤਾ ਗਿਆ ਜਿਸ ਤੇ ਵਿੱਚ ਇਸ ਸੰਸਥਾ ਨੇ ਕੈਨੇਡਾ ਦੇ ਵਿੱਚ ਜਿੰਨੇ ਲੋਕ ਕੱਚੇ ਰਹਿ ਰਹੇ ਨੇ ਭਾਵੇਂ ਉਹ ਰਫਿਊਜੀ ਨੇ ਉਹ ਭਾਵੇਂ ਵਰਕ ਪਰਮਿਟ ਤੇ ਨੇ ਭਾਵੇਂ ਉਹ ਸਟੂਡੈਂਟ ਨੇ ਜਾਂ ਕਿਸੇ ਹੋਰ ਕੈਟਾਗਰੀ ਅਧੀਨ ਨੇ ਪਰ ਜਿਹੜੇ ਹਾਲੇ ਪੱਕੇ ਨਹੀਂ ਇਹ ਮਜ਼ਾਰਾਕਾਰੀ ਮੰਗ ਕਰ ਰਹੇ ਸੀ ਕਿ ਕੋਵਿਡ-19 ਦੇ ਦੌਰਾਨ ਉਹਨਾਂ ਨੂੰ ਕੰਮ ਲੱਭਣ ਜ਼ਿੰਦਗੀ ਜਿਉਣ ਦੇ ਵਾਸਤੇ ਬੁਨਿਆਦੀ ਸਹੂਲਤਾਂ ਲੈਣ ਦੇ ਵਿੱਚ ਬੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਇਸ ਕਰਕੇ ਇਹਨਾਂ ਨੂੰ ਫੌਰੀ ਤੌਰ ਤੇ ਪੱਕੇ ਕੀਤਾ ਜਾਵੇ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਕੁਝ ਹਫ਼ਤੇ ਪਹਿਲਾਂ ਕੈਨੇਡਾ ਸਰਕਾਰ ਨੇ ਕੁਝ ਲੋਕਾਂ ਨੂੰ ਪੱਕੇ ਕਰਨ ਦੀ ਗੱਲ ਵੀ ਆਖੀ ਸੀ ਪਰ ਕੁਝ ਸ਼ਰਤਾਂ ਸੀ ਕਿ ਉਹਨਾਂ ਨੇ ਕਿੰਨਾ ਸਮਾਂ ਕੈਨੇਡਾ ਵਿੱਚ ਰਹਿੰਦਿਆਂ ਕੰਮ ਕੀਤਾ ਹੋਵੇ ਤੇ ਕਿਹੜੇ ਕਿਹੜੇ ਫੀਲਡ ਵਿੱਚ ਕੰਮ ਕੀਤਾ ਹੋਵੇ ਪਰ ਉਹਦੇ ਤੋਂ ਬਾਅਦ ਇਹ ਮੰਗ ਹੋਰ ਜ਼ੋਰ ਫੜ ਗਈ ਸੀ ਵੇਖਦੇ ਆ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਮੰਤralਾ ਮੰਤਰੀ ਤੇ ਟਰੂਟੋ ਸਰਕਾਰ ਇਹਨਾਂ ਦੀ ਇਸ ਮੰਗ ਤੇ ਕੋਈ ਧਿਆਨ ਦਿੰਦੀ ਹੈ ਜਾਂ ਫਿਰ ਨਹੀਂ ਦਿੰਦੀ ਅਗਲੀ ਖਬਰ ਗੁਆਂਡੀ ਮੁਲਕ ਅਮਰੀਕਾ ਦੀ ਹੈ ਅਮਰੀਕਾ ਦੇ ਵਿੱਚ ਲਗਭਗ 67 ਵਰਿਆਂ ਤੋਂ ਬਾਅਦ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਹੁਣ ਮੌਤ ਦੀ ਸਜ਼ਾ 67 ਵਰਿਆਂ ਤੋਂ ਬਾਅਦ ਹੀ ਕਿਉਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਫਿਰ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਕਿਸ ਤਰ੍ਹਾਂ ਦਾ ਉਹਨੇ ਕਤਨਾਉਣਾ ਅਪਰਾਧ ਕੀਤਾ ਹੋਏਗਾ ਹੁਣ ਇਸ ਔਰਤ ਨੇ ਤੁਸੀਂ ਵੇਖੋ ਕਿ ਕਿਸੇ ਦੇ ਘਰ ਜਾਂਦੀ ਹੈ ਪਹਿਲਾਂ ਉਹਦੀ ਜਾਨ ਲੈਂਦੀ ਹੈ ਫਿਰ ਉਹਦਾ ਢਿੱਡ چیرਦੀ ਹੈ ਤੇ ਢਿੱਡ چیر ਕੇ ਉਸ ਗਰਭਤੀ ਔਰਤ ਦਾ ਇਹ ਬੱਚਾ ਕੱਟ ਕੇ ਅਗਵਾ ਕਰਕੇ ਫਰਾਰ ਹੁੰਦੀ ਹੈ ਹੁਣ ਅਮਰੀਕੀ ਅਦਾਲਤ ਨੇ ਹੁਕਮ ਸੁਣਾਇਆ ਕਿ ਇਸ ਔਰਤ ਨੂੰ 8 ਦਸੰਬਰ ਨੂੰ ਜ਼ਹਿਰ ਦਾ ਟੀਕਾ ਲਾ ਕੇ ਬਹੁਤ ਦੀ ਨੀਂਦ ਸੁਵਾ ਦਿੱਤਾ ਜਾਵੇ ਅਸਲ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਸੀ 16 ਦਸੰਬਰ ਤੇ 2004 ਨੂੰ ਵਾਪਰੀ ਸੀ ਉਸ ਵਕਤ ਇਹ ਔਰਤ 36 ਵਰਿਆਂ ਦੀ ਸੀ ਮਾਂਟੋਗੋਮਰੀ ਇੱਕ ਪਾਲਤੂ ਕੁੱਤਾ ਖਰੀਦਣ ਦੇ ਬਹਾਨੇ ਇੱਕ 23 ਵਰਿਆਂ ਦੀ ਗਰਭਵਤੀ ਔਰਤ ਦੇ ਘਰ ਗਈ ਮਸੌਰੀ ਦੇ ਵਿੱਚ ਉਸਦੇ ਘਰ ਪਹੁੰਚਣ ਤੋਂ ਬਾਅਦ ਇਸ ਔਰਤ ਨੇ 8 ਮਹੀਨਿਆਂ ਦੀ ਗਰਭਵਤੀ ਇੱਕ ਲੇਡੀ ਜਿਸ ਦੀ ਉਮਰ 23 ਬਰੇ ਸੀ ਰੱਸੀ ਦੇ ਨਾਲ ਉਸਦਾ ਗਲਾ ਕੁੱਟਿਆ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਮੌਤ ਦੇ ਘਾਟ ਉਤਾਰ ਕੇ ਚਾਕੂ ਨਾਲ ਉਹਦਾ ਢੱਡ ਚੀਰਿਆ ਢੱਡ ਚੀਰ ਕੇ ਬੱਚਾ ਲੈ ਕੇ ਫਰਾਰ ਹੋ ਗਈ। ਪੁਲਿਸ ਨੇ ਕੀਤੀ ਜਾਂਚ ਪੜਤਾਲ ਤੇ ਲੱਭ ਲਿਆ ਖੁਰਾ। ਮੰਟੋ ਗੁਮੈਰੀ ਨੂੰ ਗ੍ਰਿਫਤਾਰ ਕੀਤਾ ਗਿਆ। ਮਸੌਰੀ ਦੀ ਇੱਕ ਅਦਾਲਤ ਨੇ ਇਸ ਔਰਤ ਨੂੰ ਜਦੋਂ ਇਸ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਸੀ ਸਾਲ 2008 ਵਿੱਚ ਕਤਲ ਅਤੇ ਅਗਵਾ ਦੇ ਦੋਸ਼ੀ ਠਹਿਰਾ ਦਿੱਤਾ ਗਿਆ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਤੇ ਇਸ ਤੋਂ ਬਾਅਦ ਇਸ ਔਰਤ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਰ ਇੱਕ ਅਦਾਲਤ ਨੇ ਇਸ ਦੀ ਅਪੀਲ ਠੁਕرائی ਖਾਰਜ ਕੀਤੀ ਅਤੇ ਪਹਿਲੀ ਸਜ਼ਾ ਨੂੰ ਬਰਕਰਾਰ ਰੱਖਿਆ ਹੁਣ ਮੰਟੂ ਗਮੈਰੀ 52 ਵਰਿਆਂ ਦੀ ਹੋ ਚੁੱਕੀ ਹੈ ਇਡੀਆਨਾ ਦੀ ਇੱਕ ਜੇਲ੍ਹ ਦੇ ਵਿੱਚ ਬੰਦਾ ਤੇ ਇਸੇ ਜੇਲ੍ਹ ਦੇ ਵਿੱਚ 8 ਤਰੀਕ ਨੂੰ 8 ਦਸੰਬਰ ਨੂੰ ਇਹਨੂੰ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਨੀਂਬ ਸਵਾ ਦਿੱਤਾ ਜਾਏਗਾ ਤੇ ਜਿਹੜੀ ਬੱਚੀ ਇਸ ਨੇ ਉਸ ਔਰਤ ਦੇ ਢਿੱਡ ਵਿੱਚੋਂ ਕੱਢੀ ਸੀ ਤੇ ਲੈ ਕੇ ਫਰਾਰ ਹੋਈ ਸੀ ਉਹ ਹੁਣ ਇਸ ਵਕਤ 16 ਵਰਿਆਂ ਦੀ ਹੋ ਚੁੱਕੀ ਆ ਅਦਾਲਤ ਨੇ ਦੱਸਿਆ ਕਿ ਉਸ ਬੱਚੀ ਨੂੰ ਉਹਦੇ ਪਿਤਾ ਦੇ ਹਵਾਲੇ ਕਰ ਦਿੱਤਾ ਜਾਵੇ ਇੱਥੇ ਆ ਗੱਲ ਦੱਸਣੀ ਬਣਦੀ ਹੈ ਕਿ ਲਗਭਗ 20 ਵਰਿਆਂ ਦੀ ਰੋਕ ਤੋਂ ਬਾਅਦ 3 ਕੁ ਮਹੀਨੇ ਪਹਿਲਾਂ ਮੌਤ ਦੀ ਸਜ਼ਾ ਮੁੜ ਬਹਾਲ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਲਿਸਾ ਮਾਂਟੋਗਮਰੀ ਨੌਵੀਂ ਸੰਗੀ ਕੈਦਨ ਹੋਏਗੀ ਜਿਸ ਨੂੰ ਇਹ ਸਜ਼ਾ ਦਿੱਤੀ ਜਾਏਗੀ ਅਸਲ ਦੇ ਵਿੱਚ 1953 ਦੇ ਵਿੱਚ ਆਖਰੀ ਵਾਰ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ 67 ਵਰਿਆਂ ਤੋਂ ਬਾਅਦ ਇਸ ਹਤਿਆਰੀ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਅਗਲੀ ਖਬਰ ਕਾਂਗੋ ਤੋਂ ਮਿਲੀ ਹੈ। ਕਾਂਗੋ ਦੀ ਇੱਕ ਜੇਲ੍ਹ ਦੇ ਵਿੱਚੋਂ ਲਗਭਗ 1300 ਕੈਦੀ ਅੱਜ ਸਵੇਰ ਵਕਤ ਫਰਾਰ ਹੋਏ ਹੈ। ਤੇ ਦੱਸਿਆ ਜਾ ਰਿਹਾ ਕਿ ਸ਼ਾਇਦ ਇਸ ਕਾਰਵਾਈ ਨੂੰ ਇੱਕ ਇਸਲਾਮਿਕ ਅਤਵਾਦੀ ਗਰੁੱਪ ਐ। ਉਹਨੇ ਅੰਜਾਮ ਦਿੱਤਾ ਹੈ। ਕਾਂਗੋ ਦੇ ਉੱਤਰ ਪੂਰਬ ਦੇ ਵਿੱਚ ਬੇਨੀ ਦੇ ਵਿੱਚ ਕਾਂਬਲਾ ਹੋਇਆ। ਕੰਗ ਬਾਈ ਕੇਂਦਰੀ ਜੇਲ੍ਹ ਅਤੇ ਨੇਵੀ ਕੈਂਪ ਦੇ ਵਿੱਚ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਕੈਦੀ ਫਰਾਰ ਕਰ ਲਏ ਗਏ। ਇਹ ਸ਼ਹਿਰ ਦੇ ਬਿਆਰ ਨੇ ਮੋੜੇਸ ਤੇ ਬਕਵਾਨ ਮਹਾ। ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜੇਲ੍ਹ ਦੇ ਵਿੱਚ ਲਗਭਗ 1400 ਕੈਦੀ ਸੀ। ਤੇ ਉਹ ਕਹਿੰਦੇ ਲਗਭਗ ਹੁਣ ਗਿਣਤੀ ਕਰਕੇ ਦੇਖੀ ਐ 100 ਬਚਿਆ। ਤੇ 20 ਕੈਦੀ ਜਿਹੜੇ ਫਰਾਰ ਹੋਏ ਸੀ ਉਹਨਾਂ 'ਚੋਂ ਵੀ ਦੁਬਾਰਾ ਵਾਪਸ ਪਰਤ ਆਏ ਤੇ ਆਹ ਨਵੀਂ ਗੱਲ ਐ। ਕਿ ਪਹਿਲਾਂ ਉਹ ਫਰਾਰ ਹੋਏ ਫਿਰ ਵਾਪਸ ਵੀ ਆ ਗਏ। ਹੁਣ ਬਦਕਿਸਮਤੀ ਦੇ ਨਾਲ ਇਹ ਵੱਡਾ ਹਮਲਾ ਹੋਇਆ। ਉਨਾਂ ਨੇ ਦੱਸਿਆ ਕਿ ਜਿਹੜੇ ਲੋਕ ਇਹਨਾਂ ਨੂੰ ਛਡਾਉਣ ਵਾਸਤੇ ਲਿਆਏ ਉਹਨਾਂ ਕੋਲ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਸੀ ਯੰਤਰ ਸਨ ਜਿਹੜੇ ਉਹ ਦਰਵਾਜ਼ੇ ਤੋੜਨ ਦੇ ਵਿੱਚ ਸਫਲ ਹੋ ਗਏ ਭਾਵੇਂ ਇਸ ਸ਼ਹਿਰ ਦੇ ਮੇਅਰ ਨੇ ਇੱਕ ਅਤਵਾਦੀ ਗਰੁੱਪ ਦੇ ਉੱਤੇ ਇਸ ਹਮਲੇ ਦੀ ਜ਼ਿੰਮੇਵਾਰੀ ਠੋਸ ਦਿੱਤੀ ਹੈ ਪਰ ਹਾਲੇ ਤੱਕ ਕਿਸੇ ਵੀ ਅਤਵਾਦੀ ਗਰੁੱਪ ਨੇ ਇਸ ਜੇੜ ਨੂੰ ਤੋੜਨ ਅਤੇ ਉੱਥੋਂ ਅਤਵਾਦੀ ਭਜਾਉਣ ਦਾ ਕੋਈ ਜਵਾਬ ਨਹੀਂ ਲਿਆ ਸੋ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੀ ਕੀ ਅਪਡੇਟਸ ਹੁੰਦੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੋਸਤੋ ਇਹ ਸੀ ਅੱਜ ਦੀਆਂ ਕੁਝ ਖਬਰਾਂ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਸੋ ਜੇਕਰ ਚੰਗਾ ਲੱਗਿਆ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਓ ਹੁਣ ਜਾਣ ਤੋਂ ਪਹਿਲਾਂ ਕਹੀਏ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸੌਫਟ ਵੀ ਕਾਲ ਤੇ ਰਬਾਕਾ